ਮੇਰਾ ਨਾਮ ਗਗਨਦੀਪ ਸਿੰਘ ਸੋਢੀ ਹੈ ਸਰ। ਜਿੱਦਾਂ ਆਪਾਂ ਮੈਂ ਦਿੱਲੀ ਘੁੰਮਦਾ ਰਹਿੰਦਾ ਜੰਤਰ ਮੰਤਰ 'ਤੇ, ਉੱਥੇ ਜਦੋਂ ਕੋਈ ਆਪਣਾ ਅੰਦੋਲਨ ਹੁੰਦਾ ਜਾਂ ਜਦੋਂ ਕੋਈ ਮਿਨਿਸਟਰ ਦੀ ਐਂਟਰੀ ਹੁੰਦੀ ਹੈ ਨਾ, ਸਾਰੀਆਂ ਮੀਡੀਆ ਦੀਆਂ ਗੱਡੀਆਂ ਖੜੀਆਂ ਹੁੰਦੀਆਂ, ਉਹ ANI ਆਪਣਾ ਆਜ ਤੱਕ ਹੋਰ ਜਿਹੜੇ ਵੀ ਹੈ ਇੰਡੀਆ TV ਇਹਨਾਂ ਦੀਆਂ ਮਤਲਬ ਮੈਸਿਵ ਰਸ਼, ਮੈਸਿਵ ਰਿਪੋਰਟਰਸ। ਮੈਂ ਕਿਹਾ ਇੱਥੇ ਕੀ ਹੋ ਗਿਆ, ਅੰਦੋਲਨ ਤਾਂ ਅੰਦਰ ਹੈ, ਨਾਲੇ 1 ਕਿਲੋਮੀਟਰ ਪਹਿਲਾਂ ਕੀ ਕਰਦੇ ਉੱਥੇ ਕੈਮਰੇ ਕੁਮਰੇ ਘੁਮਾਉਣ, ਆਹ ਦੇਖੋ ਜੀ ਪੁਲਿਸ ਇੱਥੇ ਉਹ ਪਾ ਕੇ ਖੜੀ ਹੈ, ਇੱਥੇ ਕੁਛ ਹੋਣ ਵਾਲਾ ਹੈ, ਬੈਗ ਪਾ ਕੇ ਪਬਲਿਕ ਖੜੀ ਉੱਥੇ ਦੇ ਰਹੀ ਇੰਟਰਵਿਊ, ਹਮਾਰੇ ਕੋ ਅੰਦਰ ਨਹੀਂ ਜਾਣੇ ਦਿਆ ਜਾ ਰਹਾ, ਹਮਾਰੇ ਕੋ ਰੋਕਾ ਜਾ ਰਹਾ ਹੈ, ਹਮ ਬਹੁਤ ਪਰੇਸ਼ਾਨ ਹੈ। ਮੈਂ ਉੱਥੇ ਗਿਆ, ANI ਦਾ ਰਿਪੋਰਟਰ ਸੀ, ਮੈਂ ਕਿਹਾ ਹੁਣ ਤੂੰ ਮੇਰੀ ਖਬਰ ਚਲਾਏਗਾ, ਉਹਨੇ ਦੇਖਿਆ ਸੂਟ ਬੂਟ 'ਤੇ ਬੰਦਾ ਹੈ ਅਤੇ ਹੋਏਗਾ ਆਪਣਾ ਗੱਲ ਕਰੇਗਾ ਉਹਨਾਂ ਦੇ ਹੱਕ ਦੀ, ਅਤੇ ਮੈਂ ਕਿਹਾ ਇਹ ਤਾਂ ਸਾਰੀ ਝੂਠੀ ਹੈ ਪਬਲਿਕ, ਮੈਂ ਕਿਹਾ ਪਬਲਿਕ ਹੈ ਹੀ ਨਹੀਂ, ਫਿਰ ਉੱਧਰ ਦੇ ਸਾਰੇ ਪਬਲਿਕ ਦੇ ਬੰਦੇ ਆ ਗਏ ਕਹਿੰਦੇ ਪਬਲਿਕ ਹੈ ਹੀ ਨਹੀਂ, ਇਹ ਪਬਲਿਕ ਤੋਂ ਝੂਠੀਆਂ ਰਿਪੋਰਟਾਂ ਦਵਾ ਰਹੇ ਹੈ। ਔਰ ਮੈਂ ਕਿਹਾ ਤੇਰੇ ਪਿਓ ਦੇ ਕਿਹੜੇ ਆਫਿਸ ਲੱਗਦੇ ਆ, ਸੰਡੇ ਨੂੰ ਕਿਹੜੇ ਆਫਿਸ ਲੱਗੇ, ਤੂੰ ਸੰਡੇ ਨੂੰ ਕਹਿ ਰਿਹਾ ਮੈਂ ਉੱਥੇ ਆਫਿਸ ਨਹੀਂ ਜਾ ਰਿਹਾ, ਬੈਗ ਪਾ ਕੇ ਤੂੰ ਖੜਾ ਹੋ ਗਿਆ ਅਤੇ ਨਾਲ ਤੂੰ ਝੂਠੀਆਂ ਰਿਪੋਰਟਾਂ ਦੇ ਰਿਹਾ, ਔਰ ਨਾਲੇ ਤੁਸੀਂ ਇੱਧਰ ਕੈਮਰੇ ਕੁਮਰੇ ਘੁਮਾ ਕੇ ਕਿੰਨਾ ਕੁ ਗਿਰੇਗਾ ਮੀਡੀਆ, ਉਹ ਐਕਚੁਅਲ ਰਿਪੋਰਟ ਕਰ ਹੀ ਨਹੀਂ ਰਹੇ। ਸਭ ਤੋਂ ਵੱਡੀ ਪ੍ਰੋਬਲਮ ਦੇਖੋ, ਜਦੋਂ ਵੀ ਕੋਈ ਇਤਿਹਾਸ ਲਿਖਿਆ ਜਾਏਗਾ ਨਾ, ਔਰ ਜੋ ਇਹਨਾਂ ਨੇ ਪਰਫੋਰਮ ਕੀਤਾ, ਜੋ ਇਹਨਾਂ ਨੇ ਕੰਮ ਕੀਤੇ ਹੈ, ਜੋ ਜਰਨਲਿਜ਼ਮ ਦੇ ਨਾਂ 'ਤੇ ਇਹਨਾਂ ਨੇ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਹਨਾਂ ਔਰ ਉਹ ਕੋਈ ਸੈਂਸਿਟਿਵ ਨਹੀਂ ਹੈ, ਉਹਨਾਂ ਨੂੰ ਕਿਸੇ ਵਕਤ ਵੀ ਉਹਨਾਂ ਨੂੰ ਇੱਦਾਂ ਨਹੀਂ ਲੱਗਦਾ ਵੀ ਅਸੀਂ ਗਲਤ ਕਰ ਰਹੇ ਹਾਂ, ਉਹਨਾਂ ਦੇ ਜ਼ਮੀਰ ਮਰ ਚੁੱਕੇ ਹੈ ਪਿੱਛੇ ਆਫ ਦਾ ਰਿਕਾਰਡ। ਜਿਹੜੀ ਮੈਂ ਗੱਲ ਕੀਤੀ ਉਹ ਕਹਿੰਦੇ ਸਾਨੂੰ ਡਰ ਲੱਗਦਾ, ਮੈਂ ਕਿਹਾ ਕਾਹਦਾ ਡਰ ਲੱਗਦਾ ਤੁਹਾਨੂੰ, ਕਹਿੰਦੇ ਸਾਡੀ ਤੁਸੀਂ ਦੇਖੋ ਸਾਡੀਆਂ ਨੌਕਰੀਆਂ ਵੀ ਹੈ, ਮੈਂ ਕਿਹਾ ਚੱਲ ਮੰਨ ਲਿਆ। ਮੈਂ ਕਿਹਾ ਅਤੇ ਐਸੀ ਕਿਹੜੀ ਮੁਸੀਬਤ ਹੈ ਵੀ ਤੁਸੀਂ ਬਿਲਕੁਲ ਹੀ ਦਰਬਾਰੀ ਬਣ ਜਾਓਗੇ, ਠੀਕ ਹੈ ਝੁਕਣਾ ਠੀਕ ਹੈ, ਪਰ ਇਹ ਕਿ ਤੁਸੀਂ ਕਾਰਪੇਟ ਬਣ ਜਾਓ, ਤੁਹਾਡੇ ਉੱਤੇ ਪੈਰ ਚੜ੍ਹਨ ਲੱਗ, ਜੁੱਤੀਆਂ ਚੜਵਾ ਲਓ ਤੁਸੀਂ ਆਪਣੇ ਆਪ 'ਤੇ, ਇੰਨਾ ਕੁ ਝੁਕੋ ਜਿੰਨਾ ਕੁ ਠੀਕ ਹੋਏ ਵੀ ਉਹ ਠੀਕ ਹੈ, ਪੇੜ ਵੀ ਝੁਕਦਾ ਹੈ ਪਰ ਇਹ ਥੋੜ੍ਹਾ ਪੇੜ ਗਿਰ ਜਾਂਦਾ।